ਦਿਨ 22 ਸਤੰਬਰ ਦਾ ਇਤਿਹਾਸ 22 ਸਤੰਬਰ 1910 ਬ੍ਰਾਈਟਨ ਵਿੱਚ ਡਿਊਕ ਆਫ ਯਾਕ ਦਾ ਪਿਕਚਰ ਹਾਊਸ ਖੁੱਲਿਆ ਜੋ ਹੁਣ ਬ੍ਰਿਟੇਨ ਵਿੱਚ ਸਭ ਤੋਂ ਪੁਰਾਣਾ ਨਿਰੰਤਰ ਕੰਮ ਕਰਨ ਵਾਲਾ ਸਿਨੇਮਾ ਹੈ 22 ਸਤੰਬਰ 1919 1919 ਦੀ ਸਟੀਲ ਹੜਤਾਲ ਜਿਸ ਦੀ ਅਗਵਾਈ ਆਇਰਨ ਅਤੇ ਸਟੀਲ ਵਰਕਰਾਂ ਦੀ ਮਿਸ਼ਿਤ ਐਸੋਸੀਏਸ਼ਨ ਦੁਆਰਾ ਕੀਤੀ ਗਈ ਸੰਯੁਕਤ ਰਾਜ ਵਿੱਚ ਫੈਲਣ ਤੋਂ ਪਹਿਲਾਂ ਪੈنسਿਲਵੇਨੀਆ ਵਿੱਚ ਸ਼ੁਰੂ ਹੋਈ 22 ਨਵੰਬਰ 1934 ਵੇਲਜ਼ ਵਿੱਚ ਗ੍ਰੇਸਫੋਰਡ ਦੀ ਤਵਾਹੀ ਵਿੱਚ 266 ਮਾਈਨਰਾਂ ਤੇ ਬਚਾਅ ਕਰਨ ਵਾਲਿਆਂ ਦੀ ਮੌਤ ਹੋ ਗਈ। ਗ੍ਰੇਸਫੋਰਡ ਦੀ ਤਵਾਹੀ 22 ਨਵੰਬਰ 1934 ਨੂੰ ਉੱਤਰ-ਪੂਰਬੀ ਵੇਲਜ਼ ਵਿੱਚ ਰੈਕਸheem ਦੇ ਨੇੜੇ ਗ੍ਰੇਸਫੋਰਡ ਗਲੀਰੀ ਵਿੱਚ ਵਾਪਰੀ ਜਦੋਂ ਇੱਕ ਧਮਾਕੇ ਅਤੇ ਭੂਮੀਗਤ ਅੱਗ ਵਿੱਚ 266 ਆਦਮੀ ਮਾਰੇ ਗਏ। ਗ੍ਰੇਸਫੋਰਡ ਬ੍ਰਿਟੇਨ ਦੀ ਸਭ ਤੋਂ ਭੈੜੀ ਕੋਲਾ ਮਾਈਨਿੰਗ ਆਫ਼ਤਾਂ ਵਿੱਚੋਂ ਇੱਕ ਹੈ। ਤਵਾਹੀ ਦੀ ਇੱਕ ਵਿਵਾਦਪੂਰਨ ਜਾਂਚ ਨੇ ਸਿੱਟੇ ਵਜੋਂ ਇੱਕ ਕਾਰਨ ਦੀ ਪਛਾਣ ਨਹੀਂ ਕੀਤੀ। ਹਾਲਾਂਕਿ ਇਸ ਬੂਤ ਨੇ ਸੁਝਾ ਦਿੱਤਾ ਕਿ ਸੁਰੱਖਿਆ ਪ੍ਰਕਿਰਿਆਵਾਂ ਵਿੱਚ ਅਸਫਲਤਾ ਅਤੇ ਮਾੜੇ ਖਾਨ ਪ੍ਰਬੰਧ ਕਾਰਨ ਸਨ ਕੁਲੀਰੀ ਦੇ ਨੁਕਸਾਨੇ ਗਏ ਜ਼ਿਲ੍ਹਿਆਂ ਨੂੰ ਪੱਕੇ ਤੌਰ ਤੇ ਸੀਲ ਕਰਨ ਦੇ ਫੈਸਲੇ ਕਾਰਨ ਹੋਰ ਜਨਤਕ ਵਿਵਾਦ ਪੈਦਾ ਹੋਇਆ ਸੀ ਮਤਲਬ ਕਿ ਮਰਨ ਵਾਲਿਆਂ ਵਿੱਚੋਂ ਸਿਰਫ 11 ਨੂੰ ਹੀ ਬਰਾਮਦ ਕੀਤਾ ਗਿਆ ਸੀ 22 ਸਤੰਬਰ 1939 ਦੂਜੇ ਵਿਸ਼ਵ ਜੁੱਧ ਦੌਰਾਨ ਪੋਲੈਂਡ ਦੇ ਸਫਲ ਹਮਲੇ ਦਾ ਜਸ਼ਨ ਮਨਾਉਣ ਲਈ ਬ੍ਰੈਸਟ ਲਿਟੋਸਕ ਵਿੱਚ ਇੱਕ ਸਾਂਝੀ ਜਰਮਨ-ਸੋਵੀਅਤ ਫੌਜੀ ਪਰੇਡ ਆਯੋਜਿਤ ਕੀਤੀ ਗਈ 22 ਨੰਬਰ 1941 ਯੂਦੀ ਨਵੇਂ ਸਾਲ ਦੇ ਦਿਨ ਜਰਮਨ ਐਸਐਸ ਨੇ ਬੇਨਿਤਸਿਆ ਯੂਕਰੇਨ ਵਿੱਚ 6000 ਯੂਦੀਆਂ ਦੀ ਹੱਤਿਆ ਕੀਤੀ ਇਹ ਕੁਝ ਦਿਨ ਪਹਿਲਾਂ ਹੋਈਆਂ ਪਿਛਲੀਆਂ ਹੱਤਿਆਵਾਂ ਦੇ ਬਚੇ ਹੋਏ ਸਨ ਜਿਨ੍ਹਾਂ ਵਿੱਚ ਲਗਭਗ 24000 ਯੂਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ 1948 ਇਜ਼ਰਾਈਲ ਫਲਸਤੀਨ ਸੰਘਰਸ਼ ਆਲ ਫਲਸਤੀਨ ਸਰਕਾਰ ਦੀ ਸਥਾਪਨਾ ਅਰਬ ਲੀਗ ਦੁਆਰਾ ਕੀਤੀ ਗਈ ਹੈ ਆਲ ਫਲਸਤੀਨ ਸਰਕਾਰ ਦੀ ਸਥਾਪਨਾ 22 ਸਤੰਬਰ 1947 ਨੂੰ 1948 ਦੀ ਅਰਬ ਇਜ਼ਰਾਇਲ ਜੰਗ ਦੌਰਾਨ ਗਾਜ਼ਾ ਵਿੱਚ ਮਿਸਰੀ ਨਿਯੰਤਰਿਤ ਖੇਤਰ ਨੂੰ ਚਲਾਉਣ ਲਈ ਕੀਤੀ ਗਈ ਸੀ ਜੋ ਮਿਸਰ ਨੇ ਉਸੇ ਦਿਨ ਆਲ ਫਲਸਤੀਨ ਪ੍ਰੋਟੈਕਟੋਰੇਟ ਘੋਸ਼ਿਤ ਕੀਤਾ ਸੀ ਇਸ ਦੀ ਅਰਬ ਲੀਗ ਦੁਆਰਾ ਪੁਸ਼ਟੀ ਕੀਤੀ ਗਈ ਸੀ ਅਤੇ ਉਸ ਸਮੇਂ ਦੇ 7 ਅਰਬ ਲੀਗ ਮੈਂਬਰਾਂ ਵਿੱਚੋਂ 6 ਦੁਆਰਾ ਮਾਨਤਾ ਦਿੱਤੀ ਗਈ ਸੀ 22 ਸਤੰਬਰ 1960 ਮਾਲੀ ਫੈਡਰੇਸ਼ਨ ਤੋਂ ਸੈਨੇਗਲ ਦੇ ਹਟਣ ਤੋਂ ਬਾਅਦ ਸੁਡਾਨੀ ਗਨਰਾਜ ਦਾ ਨਾਮ ਬਦਲ ਕੇ ਮਾਲੀ ਰੱਖਿਆ ਗਿਆ। 22 ਸਤੰਬਰ 1965 ਕਸ਼ਮੀਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ 1965 ਦੀ ਭਾਰਤ-ਪਾਕਿਸਤਾਨ ਜੰਗ ਸੰਯੁਕਤ ਰਾਸ਼ਟਰ ਦੁਆਰਾ ਜੰਗਵੰਦੀ ਦੀ ਮੰਗ ਤੋਂ ਬਾਅਦ ਖਤਮ ਹੋਈ। 22 ਸਤੰਬਰ 1975 ਸਾਰਾ ਜੇਨ ਮੂਰ ਨੇ ਯੂਐਸਏ ਰਾਸ਼ਟਰਪਤੀ ਜੈਰਾਲਡ ਫੋਰਡ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਸੀਕ੍ਰੀਟ ਸਰਵਿਸ ਦੁਆਰਾ ناکਾਮ ਕਰ ਦਿੱਤਾ ਗਿਆ। ਬੇਲਾ ਘਟਨਾ 22 ਸਤੰਬਰ 1989 ਨੂੰ ਹਿੰਦ ਮਹਾਸાગਰ ਵਿੱਚ ਪ੍ਰਿੰਸ ਐਡਵਰਡ ਆਈਲੈਂਡਸ ਦੇ ਦੱਖਣੀ ਅਫਰੀਕੀ ਖੇਤਰ ਦੇ ਨੇੜੇ ਅਫਰੀਕਾ ਅਤੇ ਅੰਟਾਰਕਟਿਕਾ ਦੇ ਵਿਚਕਾਰ ਲਗਭਗ ਅਧ ਵਿਚਕਾਰ ਇੱਕ ਅਮਰੀਕਨ ਬੇਲਾ ਹੋਟਲ ਸੈਟੇਲਾਈਟ ਦੁਆਰਾ ਖੋਜੀ ਗਈ ਰੋਸ਼ਨੀ ਦੀ ਇੱਕ ਅਣਪਛਾਤੀ ਦੂਰੀ ਫਲੈਸ਼ ਸੀ ਅੱਜ ਜ਼ਿਆਦਾਤਰ ਸਤੰਤਰ ਖੋਜ ਕਰਤਾਵਾਂ ਦਾ ਮੰਨਣਾ ਹੈ ਕਿ ਫਲੈਸ਼ ਇੱਕ ਪ੍ਰਮਾਣੂ ਧਮਾਕਾ ਕਰਨ ਹੋਈ ਸੀ ਇਹ ਇੱਕ ਦੱਖਣੀ ਅਫਰੀਕਾ ਅਤੇ ਇਜ਼ਰਾਈਲ ਦੁਆਰਾ ਕੀਤਾ ਗਿਆ ਅਣਾਲਾਨਿਆ ਸੰਯੁਕਤ ਪ੍ਰਮਾਣੂ ਪ੍ਰੀਖਣ ਸੀ 22 ਸਤੰਬਰ 1980 'ਚ ਈਰਾਨ ਨੇ ਇराक ਤੇ ਹਮਲਾ ਕੀਤਾ ਅਤੇ ਲਗਭਗ 8 ਸਾਲਾਂ ਦੀ ਈਰਾਨ-ਇਰਾਕ ਜੰਗ ਨੂੰ ਸ਼ੁਰੂ ਕੀਤਾ। 22 ਸਤੰਬਰ 1991 ਡੈਡਸੀ ਸਕਰੋਲਸ ਪਹਿਲੀ ਵਾਰ ਜਨਤਾ ਲਈ ਉਪਲਬਧ ਕਰਵਾਈ ਗਈ। ਡੈਡਸੀ ਸਕਰੋਲ ਪ੍ਰਾਚੀਨ ਯਹੂਦੀ ਹਿਬਰੂ ਧਾਰਮਿਕ ਹੱਥਲਿਖਤਾਂ ਹਨ ਜੋ ਕਿ 1946-47 ਵਿੱਚ ਡੈਡਸੀ ਦੇ ਉੱਤਰੀ ਕੰਡੇ ਉੱਤੇ ਪੱਛਮੀ ਕੰਡੇ ਵਿੱਚ ਇਨਫਿਸ਼ਕਾ ਦੇ ਨੇੜੇ ਲਾਜ਼ਮੀ ਫਲਸਤੀਨ ਵਿੱਚ ਕੁਮਰਾਨ ਗੋਫਾ ਵਿੱਚ ਲੱਭੀਆਂ ਗਈਆਂ ਸਨ। 22 ਸਤੰਬਰ 1995 ਸ਼੍ਰੀਲੰਕਾ 에ਅਰ ਫੋਰਸ ਦੁਆਰਾ ਨਾਗਰ ਕੋਵਿਲ ਸਕੂਲ ਵਿੱਚ ਬੰਬ ਧਮਾਕਾ ਕੀਤਾ ਗਿਆ ਜਿਸ ਵਿੱਚ ਘੱਟੋ-ਘੱਟ 34 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਜ਼ਿਆਦਾਤਰ ਤਾਮਿਲ ਸਕੂਲੀ ਬੱਚੇ ਸਨ 22 ਸਤੰਬਰ 2013 ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਇਸਾਈ ਚਰਚ ਵਿੱਚ ਆਤਮ ਹਕਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ 75 ਲੋਕ ਮਾਰੇ ਗਏ